ਮੋਬਾਈਲ ਦੇ ਸ਼ੋਰੂਮ ਤੇ ਤਾਬੜਤੋੜ ਗੋਲੀਆਂ ਚੱਲੀਆਂ ਨੇ। ਬਾਜ਼ਾਰ 'ਚ ਸ਼ਰੇਆਮ ਹੀ ਦੋ ਹਮਲਾਵਰ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਦੁਕਾਨ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਦੱਸਿਆ ਜਾ ਰਿਹਾ ਕਿ 15 ਰਾਊਂਡ ਦੇ ਕਰੀਬ ਫਾਇਰਿੰਗ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਦਾ ਜੋ ਮੇਨ ਐਂਟਰੈਂਸ ਗੇਟ ਹੈ, ਜੋ ਸ਼ੀਸ਼ੇ ਦਾ ਬਣਿਆ ਹੋਇਆ ਸੀ, ਉਹ ਵੀ ਗੋਲੀਆਂ ਲੱਗਣ ਦੇ ਕਾਰਨ ਚਕਨਾ ਚੂਰ ਹੋ ਗਿਆ। ਔਰ ਕਪੂਰਥਲਾ ਦੇ DC ਦੀ ਰਿਹਾਇਸ਼ ਦੇ ਬਿਲਕੁਲ ਨੇੜੇ ਹੀ ਇਹ ਸ਼ੋਰੂਮ ਬਣਿਆ ਹੋਇਆ ਜਿੱਥੇ ਇਹ ਵੱਡੀ ਘਟਨਾ ਵਾਪਰੀ ਹੈ। ਔਰ ਵੱਡੀ ਖਬਰ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਨਾਕੇ ਦੀ ਠੀਕ 500 ਮੀਟਰ ਦੀ ਦੂਰੀ 'ਤੇ ਸਥਿਤ ਮੋਬਾਈਲਾਂ ਦੇ ਸ਼ੋਰੂਮ 'ਤੇ ਦੋ ਹਮਲਾਵਰਾਂ ਦੇ ਵੱਲੋਂ ਆ ਕੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਸਵੇਰ ਦਾ ਸਮਾਂ ਸੀ ਅਤੇ ਦੋ ਹਮਲਾਵਰ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਫਿਰ ਬਾਈਕ ਤੋਂ ਉਤਰ ਕੇ ਇਸ ਮੋਬਾਈਲ ਦੇ ਸ਼ੋਰੂਮ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਅਤੇ ਫਿਰ ਨਾਲ ਹੀ ਉਹਨਾਂ ਦੇ ਵੱਲੋਂ ਜੋ ਗੋਲੀਆਂ ਦੀ ਬਰਸਾਤ ਹੈ ਉਹ ਕਰ ਦਿੱਤੀ ਜਾਂਦੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ 15 ਰਾਊਂਡ ਦੇ ਕਰੀਬ ਜੋ ਫਾਇਰਿੰਗ ਕੀਤੀ ਗਈ ਹੈ। ਬਾਜ਼ਾਰ ਦੇ ਵਿੱਚ ਸ਼ਰੇਆਮ ਇਹ ਜੋ ਗੋਲੀਆਂ ਨੇ ਚਲਾ ਦਿੱਤੀਆਂ ਜਾਂਦੀਆਂ ਨੇ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਲੇ ਦੁਆਲੇ ਕਾਫ਼ੀ ਚਹਿਲ ਪਹਿਲ ਵਾਲਾ ਮਾਹੌਲ ਹੈ ਅਤੇ ਇਸੇ ਵਿਚਾਲੇ ਦੋ ਹਮਲਾਵਰ ਆਪਣੀ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਨੇ। ਫਿਰ ਉਤਰ ਕੇ ਮੌਕਾ ਦੇਖਦਿਆਂ ਹੀ ਉਹਨਾਂ ਦੇ ਵੱਲੋਂ ਆਪਣੇ 32 ਬੋਰ ਦੇ ਹਥਿਆਰਾਂ ਦੇ ਨਾਲ ਜੋ ਦੁਕਾਨ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਔਰ CCTV ਤਸਵੀਰਾਂ ਦੇ ਵਿੱਚ ਵੀ ਦੋ ਹਮਲਾਵਰ ਕੈਦ ਹੋਏ ਨੇ ਜੋ ਕਿ ਸਪਲੈਂਡਰ ਬਾਈਕ 'ਤੇ ਸਵਾਰ ਹੋ ਕੇ ਆਏ ਸੀ ਅਤੇ ਉਹਨਾਂ ਦੇ ਵੱਲੋਂ ਇਸ ਵੱਡੀ ਘਟਨਾ ਨੂੰ ਜੋ ਅੰਜਾਮ ਹੈ ਦਿੱਤਾ ਗਿਆ। ਹਾਲਾਂਕਿ 500 ਮੀਟਰ ਦੀ ਦੂਰੀ 'ਤੇ ਹੀ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ ਅਤੇ ਪੁਲਿਸ ਦੀ ਨਾਕੇ ਦੀ ਸਿਹਤ 'ਤੇ ਹੀ ਇਹ ਜੋ ਦੁਕਾਨ ਹੈ, ਇਹ ਜੋ ਸ਼ੋਰੂਮ ਹੈ ਮੋਬਾਈਲਾਂ ਦਾ, ਉਹ ਬਣਿਆ ਹੋਇਆ ਅਤੇ ਉੱਥੇ ਹੀ ਆ ਕੇ ਜੋ ਹਮਲਾਵਰ ਪਹੁੰਚਦੇ ਨੇ ਅਤੇ ਉਹਨਾਂ ਦੇ ਵੱਲੋਂ ਜੋ ਤਾੜ ਗੋਲੀਆਂ ਨੇ ਉਸਦੀ ਬਰਸਾਤ ਕਰ ਦਿੱਤੀ ਜਾਂਦੀ ਹੈ। ਵੱਡੀ ਖਬਰ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੋਬਾਈਲ ਦੇ ਸ਼ੋਰੂਮ 'ਤੇ ਅਣਪਛਾਤਿਆਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ। ਔਰ ਦੱਸਿਆ ਵੀ ਜਾ ਰਿਹਾ ਕਿ ਹਮਲਾਵਰਾਂ ਦੇ ਵੱਲੋਂ ਇੱਕ ਚਿੱਠੀ ਵੀ ਦਿੱਤੀ ਗਈ ਹੈ ਜਿਸ 'ਤੇ ਇੱਕ ਸ਼ਖਸ ਦਾ ਨਾਂ ਲਿਖਿਆ ਗਿਆ ਔਰ ਉਸਦੇ ਸੰਬੰਧੀ ਹਜੇ ਪੁਲਿਸ ਦੇ ਵੱਲੋਂ ਜੋ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਕੋਈ ਵੱਡਾ ਕਾਰਨ ਨਹੀਂ ਸਾਹਮਣੇ ਆਇਆ ਕਿ ਕਿਸੇ ਰੰਜਿਸ਼ ਨੂੰ ਲੈ ਕੇ ਜਾਂ ਹੋਰ ਕਿਸੇ ਵੱਡੇ ਕਾਰਨ ਕਰਕੇ ਗੋਲੀਆਂ ਚੱਲੀਆਂ ਨੇ। ਔਰ ਪੁਲਿਸ ਦੇ ਵੱਲੋਂ ਇਸ ਸਭ ਨੂੰ ਫਿਲਹਾਲ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ। ਪਰ ਵੱਡੀ ਖਬਰ ਇਹ ਹੈ ਕਿ ਦਿਨ ਦਿਹਾੜੇ ਸ਼ਰੇਆਮ ਬਾਜ਼ਾਰ ਦੇ ਵਿੱਚ 15 ਰਾਊਂਡ ਦੇ ਕਰੀਬ ਫਾਇਰਿੰਗ ਕੀਤੀ ਗਈ ਹੈ ਔਰ ਇਸ ਵਿੱਚ ਫਿਲਹਾਲ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਪਰ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਦੇ ਗੇਟ 'ਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਔਰ ਮੇਨ ਗੇਟ ਜੋ ਸੀ ਸ਼ੀਸ਼ੇ ਦਾ ਬਣਿਆ ਹੋਇਆ ਸੀ ਉਹ ਵੀ ਇਸ ਘਟਨਾ ਦੇ ਵਿਚਾਲੇ ਚੂਰ ਚੂਰ ਹੋਇਆ। ਔਰ ਪੁਲਿਸ ਦੇ ਵੱਲੋਂ ਜੋ CCTV ਤਸਵੀਰਾਂ ਨੇ ਉਹ ਆਲੇ ਦੁਆਲੇ ਦੀਆਂ ਖੰਗਾਲੀਆਂ ਜਾ ਰਹੀਆਂ ਨੇ ਕਿ ਤਾਂ ਜੋ ਅੱਗੇ ਦੀ ਜੋ ਕਾਰਵਾਈ ਹੈ ਉਹ ਕੀਤੀ ਜਾ ਸਕੇ। ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਔਰ ਇਹਦੀ ਫੁਟੇਜ ਜਿਹੜੀ ਆ ਅਸੀਂ ਉਹ ਚੈੱਕ ਕੀਤੀ ਹੈਗੀ, ਜਿਹਦੇ ਆਧਾਰ 'ਤੇ ਅਸੀਂ ਕੇਸ ਰਜਿਸਟਰ ਜਿਹੜਾ ਉਹ ਕਰ ਰਹੇ ਹਾਂ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ, ਅਤੇ ਬਾਕੀ ਇਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਕੇਸ ਰਜਿਸਟਰ ਕਰਨ ਤੋਂ ਬਾਅਦ ਜੋ ਗਲਬਾਤ ਸਾਹਮਣੇ ਆਏਗੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿੰਨੇ ਰਾਊਂਡ ਫਾਇਰ ਹੋਏ ਹੈ? ਇਹ ਕਰੀਬ 14-15 ਦੇ ਰਾਊਂਡ ਲੱਗਦਾ ਹੈਗਾ ਜਿਹੜੇ ਫਾਇਰ ਹੋਏ ਆ, 32 ਬੋਰ ਦੇ ਹੈਗੇ ਆ। ਇੰਜਰੀ ਤੇ ਨਹੀਂ? ਨਹੀਂ ਕੋਈ ਇੰਜਰੀ ਨਹੀਂ। ਸਰ ਇਹ ਵੀ ਪਤਾ ਲੱਗਾ ਕੋਈ ਲੈਟਰ ਦੇ ਕੇ ਗਏ ਆ, ਕੋਈ ਧਮਕੀ ਭਰਿਆ ਪੱਤਰ? ਇੱਕ ਲੈਟਰ ਵੀ ਦੇ ਕੇ ਗਏ ਆ, ਪਹਿਲਾਂ ਕੋਈ ਇਹਨਾਂ ਨੂੰ ਕਾਲ ਵਗੈਰਾ ਨਹੀਂ ਆਈ ਇਹਨਾਂ ਦੇ ਦੱਸਣ ਦੇ ਮੁਤਾਬਕ। ਅੱਜ ਹੀ ਇੱਕ ਚਿੱਠੀ ਵੀ ਦੇ ਕੇ ਗਏ ਜਿੱਥੇ ਇੱਕ ਨਾਮ ਲਿਖਿਆ ਹੋਇਆ ਕਿਸੇ ਦਾ, ਉਹਨੂੰ ਵੀ ਅਸੀਂ ਇਹਦੇ ਮੁਕਦਮੇ 'ਚ ਇਨਵੈਸਟੀਗੇਟ ਕਰਾਂਗੇ। ਤੁਸੀਂ ਫਰੌਡੀ ਦੀ ਮੰਗ ਆ ਚਿੱਠੀ? ਨਹੀਂ ਕੁਛ ਲਿਖਿਆ ਨਹੀਂ, ਨਾਮ ਲਿਖਿਆ ਬੰਦੇ ਦਾ ਜਿਹਦਾ ਹੈਗਾ, ਤੇ ਉਹਨੂੰ ਇਹਦੇ ਵਿੱਚ ਲਿਆ ਕੇ ਤਫਤੀਸ਼ ਵਿੱਚ ਉਹਨੂੰ ਇਨਵੈਸਟੀਗੇਟ ਕਰਾਂਗੇ। ਮੈਂ ਭਾਜੀ, ਮੇਰਾ ਨਾਮ ਗਗਨਦੀਪ ਆ, ਮੈਂ ਸ਼ੋਰੂਮ ਦਾ ਸਟੋਰ ਮੈਨੇਜਰ ਹਾਂ। ਅੱਜ ਸਵੇਰੇ ਮਾਰਨਿੰਗ ਡੇਲੀ ਰੂਟੀਨ ਦੀ ਤਰ੍ਹਾਂ 9:30 ਅਸੀਂ ਸ਼ੋਰੂਮ ਓਪਨ ਕੀਤਾ ਔਰ ਕੋਈ ਨੀਅਰ ਅਬਾਊਟ 10 ਵਜੇ ਦੇ ਕਰੀਬ, 10:45 ਦੇ ਕਰੀਬ ਸੀਗੇ ਜੀ, ਦੋ ਅਣਜਾਣ ਵਿਅਕਤੀ ਸੀਗੇ ਜਿਹਨਾਂ ਦੇ ਰੁਮਾਲ ਬੰਨੇ ਹੋਏ ਸੀ ਫੇਸ 'ਤੇ ਔਰ ਬਾਹਰ ਸ਼ੋਪ ਦੇ ਬਾਹਰ ਆਏ ਔਰ
ਆਪਣਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਹਦੇ 'ਚ ਲਗਭਗ 8-9 ਫਾਇਰਿੰਗ ਉਹਨਾਂ ਨੇ ਕੀਤੀ ਸ਼ੀਸ਼ਿਆਂ ਦੇ ਉੱਪਰ, ਉਹਦੇ 'ਚ ਇੱਕ ਫਾਇਰਿੰਗ ਅੰਦਰ ਵੀ ਆਈ ਹੈ। ਅਤੇ ਹਜੇ ਤੱਕ ਨਾਨ ਇਨਫੋਰਮੇਸ਼ਨ, ਅਸੀਂ ਸਾਰਿਆਂ ਨੇ ਪਿੱਛੇ ਵੀ ਥੋੜ੍ਹੇ ਭੱਜੇ ਹਾਂ ਮੁੰਡੇ, ਪਰ ਉਹ ਨਿਕਲ ਗਏ ਉਹ, ਅਤੇ ਬਾਕੀ ਸਭ ਠੀਕ ਹੈਗਾ, ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ, ਸ਼ੀਸ਼ੇ ਵਗੈਰਾ ਸਾਰੇ ਬ੍ਰੇਕ ਹੋਏ ਆ, ਤੁਸੀਂ ਦੇਖ ਹੀ ਸਕਦੇ ਹੋ ਇੱਥੇ। ਹਾਂਜੀ, ਮੋਟਰਸਾਈਕਲ ਸਪਲੈਂਡਰ ਤੇ ਜੀ, ਹਾਂਜੀ ਹਾਂਜੀ। ਉਹ ਸਰ ਪਰਚੀ ਵਗੈਰਾ ਸੁੱਟ ਕੇ ਗਏ ਆ, ਕਿਉਂਕਿ ਸਾਨੂੰ ਤਾਂ ਅਫੜਾ ਦਫੜੀ ਬਹੁਤ ਪੈ ਗਈ, ਅਸੀਂ ਉੱਧਰ ਉੱਧਰ ਭੱਜੇ ਤੇ ਆਉਣ ਦੇ ਮੌਕੇ ਜਿੱਦਾਂ ਹੀ ਪੁਲਿਸ ਆਈ ਹੈ ਤੇ ਉਹਨਾਂ ਨੇ ਬਰਾਮਦ ਕਰ ਲਈ ਉਹ ਪਰਚੀ। ਨਹੀਂ ਸਰ, ਕਦੀ ਅੱਜ ਤੱਕ ਕੋਈ ਇੱਦਾਂ ਦੀ ਕਾਲ ਨਹੀਂ ਆਈ, ਕਦੀ ਇੱਦਾਂ ਦਾ ਕੁਛ ਹੋਇਆ ਨਹੀਂ, ਤੇ ਪਰ ਪਤਾ ਨਹੀਂ ਲੱਗਾ ਕਿ ਕੌਣ ਸੀਗੇ। ਹਾਂਜੀ, ਨਾ 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 ਸਰ, ਓਨਰ ਬਾਰੇ ਤੁਸੀਂ ਜਾਣਦੇ ਹੀ ਹੋ, ਨਿਹਾਇਤ ਹੀ ਸ਼ਰੀਫ ਔਰ ਹਮੇਸ਼ਾ ਸਭ ਦੀ ਹੈਲਪ ਕਰਨ ਵਾਲੇ ਇਨਸਾਨ ਆ ਉਹ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਿੱਕ ਦਾ ਔਰ ਸਾਰੀ ਫੈਮਿਲੀ ਦਾ ਉਹਨਾਂ ਦਾ, ਤੇ ਇੱਦਾਂ ਦਾ ਅੱਜ ਤੱਕ ਨਾ ਕਦੀ ਕਾਲ ਆਈ ਆ ਔਰ ਨਾ ਹੀ ਕਦੀ ਕਿਸੇ ਨੇ ਕੋਈ, ਮੈਨੂੰ 8 ਸਾਲ ਹੋ ਗਏ ਜੀ ਇੱਥੇ, ਕਦੀ ਕੋਈ ਕਾਲ ਕਦੀ ਕੋਈ ਕੁਛ ਨਹੀਂ। ਹਾਂ ਸਰ, ਕਰ ਰਹੇ ਆ ਪੁਲਿਸ ਵਾਲੇ, ਹਰ ਚੌਂਕ 'ਚ ਹਰ ਗਲੀ 'ਚ ਕੈਮਰੇ ਚੈੱਕ ਕਰ ਰਹੇ ਆ, ਸਪਲੈਂਡਰ ਵਗੈਰਾ ਤਾਂ ਸੀਗੇ ਉਹ, ਦੇਖੋ ਹੁਣ ਉਹ 'ਚ ਸਾਰਾ ਕੁਛ ਹੋਏਗਾ। ਸਰ ਇਹ ਤੇ ਕਿਉਂਕਿ ਕੁਛ ਕਹਿ ਨਹੀਂ ਸਕਦੇ ਕਿਸ ਤਰ੍ਹਾਂ ਦੀ ਫਾਇਰਿੰਗ ਹੈ, ਕਿਉਂਕਿ ਅਸੀਂ ਕਦੀ ਨਾ, ਅਸੀਂ ਆਪਣੇ ਸਟੋਰ ਤੋਂ ਬਾਹਰ ਹੀ ਨਹੀਂ ਜਾਈਦਾ ਕਦੀ, ਸਾਡੀ ਲਾਈਫ ਹੀ ਸਟੋਰ ਤੱਕ ਹੈ, ਔਰ ਬਾਹਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹਦੇ ਬਾਰੇ ਸਾਨੂੰ ਕਦੀ ਨੌਲੇਜ ਹੀ ਨਹੀਂ ਹੈ। ਇਹ ਸਰ ਮੈਂ ਵੀ, ਕਿਉਂਕਿ ਦੇਖੋ ਜਦੋਂ ਇਹ ਚੀਜ਼ ਹੋਈ ਆ ਟੋਟਲੀ ਬਲੈਂਕ ਅਸੀਂ ਸਾਰੇ ਜਣੇ, ਪਰ ਇਹ ਪੁਲਿਸ ਵਾਲਿਆਂ ਦੇ ਕੋਲ ਹੈਗੀ ਆ, ਉਹ ਤੁਹਾਨੂੰ ਸਾਰਾ ਬਾਕੀ ਉਹ ਦੱਸ ਪਾਣਗੇ। ਹਾਂਜੀ, ਉਹਨਾਂ ਨੂੰ, ਕਿਉਂਕਿ ਸਾਨੂੰ ਉਹਨਾਂ ਨੇ ਹਜੇ ਤੱਕ ਦੱਸਿਆ ਨਹੀਂ, ਉਹਨਾਂ ਦੇ ਕੋਲ ਹੀ ਆ ਸਰ, ਕਿਉਂਕਿ ਅਸੀਂ ਤਾਂ ਉਹਦੇ ਲੱਗੇ ਹੋਏ ਹਾਂ ਕਿ ਇਹ ਚੀਜ਼ ਕਿੱਦਾਂ ਹੋਈ ਆ, ਕਿੱਥੋਂ ਆਏ, ਕਿੱਥੋਂ ਗਏ ਆ, ਤੇ ਇਹ ਸਾਰਿਆਂ ਨੇ ਆਪਣਾ ਆਪਣਾ ਦੇਖਿਆ।